ਹਾਂਜੀ, ਸਾਰੇ ਪਸ਼ੂ ਪਾਲਕ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੋ ਅੱਜ ਦੀ ਵੀਡੀਓ ਆਪਾਂ ਇਹ ਵੀਡੀਓ ਕੋਟਕਪੂਰੇ ਵਿੱਚ ਬਣਾ ਰਹੇ ਹਾਂ ਜੀ, ਅਤੇ ਅੱਗੇ ਐਡਰੈਸ ਆਪਾਂ ਬਾਈ ਜੀ ਹੋਰਾਂ ਨੂੰ ਪੁੱਛਦੇ। ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਬਾਈ ਜੀ, ਆਪਦਾ ਫਾਰਮ ਦਾ ਐਡਰੈਸ ਦੱਸਿਆ ਜੀ ਤੁਸੀਂ ਪ੍ਰੋਪਰ। ਹਾਂਜੀ, ਠੀਕ ਹੈ ਜੀ। ਜੈਤੋ ਰੋਡ ਤੇ ਜਿਹੜਾ ਪੰਪ, ਉਹਦੀ ਬੈਕ ਸਾਈਡ ਤੇ ਪੰਪ ਆ ਜਾਂਦਾ ਜੀ, ਆਪਣਾ ਫਾਰਮ ਆ ਜਾਂਦਾ। ਹਾਂਜੀ, ਤੇ ਕਿੰਨੇ ਪਸ਼ੂ ਵਿਕਾਊ ਬਾਈ ਜੀ ਆਪਣੇ? ਠੀਕ ਹੈ ਬਾਈ ਜੀ, ਕੀ ਪਰਪਸ ਬਾਈ ਜੀ ਪਸ਼ੂ ਵੇਚਣ ਦਾ? ਮਤਲਬ ਕਿ ਤੁਸੀਂ ਸੇਲ ਪਰਚੇਜ ਦਾ ਕੰਮ ਕਰਦੇ ਜੀ? ਹਾਂਜੀ, ਠੀਕ ਹੈ ਜੀ। ਦੱਸਿਆ ਜੀ ਬਾਈ ਜੀ, ਪਹਿਲੇ SMI ਦੀ ਡਿਟੇਲ। ਇਹ ਤੋਕੜ ਆਈ ਮੱਝ, ਠੀਕ ਹੈ ਜੀ। ਤੇ ਇਹ ਬਣੀ ਬੁਣੀ ਬਾਈ ਜੀ? ਇੱਕ ਮਹੀਨੇ ਦੀ ਪ੍ਰੈਗਨੈਂਟ ਹੈਗੀ ਹੈ, ਠੀਕ ਹੈ ਜੀ। ਤੇ ਕਿੰਨਾ ਦੁੱਧ ਇਸ ਟਾਈਮ ਦੇ ਥੱਲੇ ਜੀ? ਠੀਕ ਹੈ। ਤੇ ਕਿਸਰੇ ਕਿਨਵੇਂ ਸੂਏ ਸੁਣਿਆ ਝੋਟੀ ਨੇ ਜੀ? ਠੀਕ ਹੈ, ਤੀਸਰੇ ਸੂਏ ਸੀਣਾ ਜੀ। ਦੇਖ ਸਕਦੇ ਕਿਸਾਨ ਵੀਰੋ ਤੁਸੀਂ, ਝੋਟੀ ਦਾ ਕੱਦ ਕੱਦ ਤੇ ਖੁੱਲੇ ਲੇਵੇ ਦੀ ਝੋਟੀ, ਤੀਸਰੇ ਸੂਏ ਸੁਣਿਆ ਸੀ ਜੀ। ਇੱਕ ਮੰਥ ਦੀ ਪ੍ਰੈਗਨੈਂਟ ਆ ਜੀ, ਠੀਕ ਹੈ ਜੀ। ਤੇ ਇਹ ਜਿਹੜੀ ਦੂਸਰੀ ਮੱਝ ਦੇਖ ਰਹੇ ਹੋ ਜੀ, ਅੱਛਾ ਜੀ, ਇਹ ਸੱਜਰ ਸੂਈ ਹੋਈ ਹੈ ਜੀ, ਠੀਕ ਹੈ। ਇਹ ਰਾਜਸਥਾਨ ਦੀ ਮੱਝ ਹੈ ਜੀ, ਠੀਕ ਹੈ ਜੀ। ਦੇਖ ਸਕਦੇ ਕਿਸਾਨ ਵੀਰੋ ਤੁਸੀਂ, ਖੁੱਲੇ ਲੇਵੇ ਦੀ ਤੇ ਉੱਚੇ ਲੰਮੇ ਕੱਦ ਕੱਦ ਦੀ ਮੱਝ ਆ ਜੀ, ਕਾਫੀ ਜ਼ਿਆਦਾ ਵਜਨ ਮੱਝ ਦਾ, ਗੋਲ ਕੁੰਡੇ ਸਿੰਘ ਦੀ ਮੱਝ ਆ ਜੀ, ਠੀਕ। ਇਹਦੇ ਮਗਰ ਬੱਚਾ ਕੀ ਹੈ ਜੀ? ਠੀਕ ਹੈ, ਇਹਦੇ ਮਗਰ ਕੱਟੀ ਹੈ ਜੀ, ਕੱਟੀ ਤੁਹਾਨੂੰ ਵਿਖਾ ਦਿੰਦੇ ਜੀ। ਕਿੰਨਾ ਟਾਈਮ ਹੋ ਗਿਆ ਇਸ ਨੂੰ ਸੂਈ ਨੂੰ ਜੀ? ਪੂਰੀ ਜੈੱਡ ਬਲੈਕ ਦੀ ਕੱਟੀ ਹੈ ਜੀ, ਠੀਕ ਹੈ ਜੀ। ਤੇ ਇਸ ਗਾਂ ਦਾ ਕੀ ਹਿਸਾਬ ਕਿਤਾਬ ਜੀ? ਇਹ ਵੀ ਵੇਚਣੀ ਹੈ ਜੀ, ਠੀਕ ਹੈ ਜੀ। ਕੀ ਡਿਟੇਲ ਇਹਦੀ ਜੀ? ਡੇਢ ਮਹੀਨੇ ਦੀ ਪ੍ਰੈਗਨੈਂਟ, ਠੀਕ ਹੈ ਜੀ, ਡੇਢ ਮਹੀਨੇ ਦੀ ਪ੍ਰੈਗਨੈਂਟ ਆ ਜੀ। ਕਿਨਵੇਂ ਸੂਏ ਸੂਈ ਹੈ ਜੀ? ਮਤਲਬ ਕਿ ਤੀਸਰੇ ਸੂਏ ਲਈ ਹੁਣੇ ਪ੍ਰੈਗਨੈਂਟ ਆ। ਤੇ ਕਿੰਨਾ ਦੁੱਧ ਇਸ ਟਾਈਮ ਦੇ ਥੱਲੇ ਜੀ? 10 ਕਿਲੋ, ਠੀਕ ਹੈ, 10 ਕਿਲੋ ਦੁੱਧ। ਹੁਣ ਸੀਲ ਠੰਡੀ ਸ਼ਾਂਤਪੁਰੀ ਹੈ ਜੀ, ਠੀਕ ਹੈ। ਤੇ ਕੀ ਮੁੱਲ ਕਰਦੇ ਬਾਈ ਜੀ ਆਪਾਂ ਇਸ ਗਾਂ ਦਾ? ਇਸਦਾ 30,000 ਰੁਪਇਆ ਜੀ, ਠੀਕ ਹੈ। ਤੇ ਇਸ ਮੱਝ ਦਾ ਜੋ ਸੱਜਰ ਸੂਈ ਹੈ ਜੀ, 1,05,000 ਰੁਪਇਆ, ਠੀਕ ਹੈ ਜੀ। ਤੇ ਇਸਦਾ ਦੁੱਧ ਕਿੰਨਾ ਤਿਆਰ ਹੋਣਾ ਇਸ ਟਾਈਮ ਜੀ? 13 ਕਿਲੋ, 13 ਕਿਲੋ ਜੀ। ਤੇ ਅੱਗੇ ਕੁਛ ਵਧਣ ਦੀ ਸੰਭਾਵਨਾ ਹੈ ਜੀ? ਵੱਧ ਵੀ ਜਾਊਗੀ ਗਾਂ ਦਾ, ਇਹਦਾ ਕਿਹੜਾ ਸੇਵਾ ਜੀ। ਤੇ ਇਸ ਮੱਝ ਦਾ ਕੀ ਮੁੱਲ ਕਰਦੇ ਆਪਾਂ ਜੀ ਤੋਕੜ ਗੱਭਣ ਦਾ? ਇਹਦਾ 45,000 ਰੁਪਇਆ ਮੁੱਲ ਕਰਦੇ ਜੀ, ਠੀਕ ਹੈ ਜੀ। ਹਾਂਜੀ ਵੀਰੋ, ਜਿਸ ਕਿਸੇ ਵੀਰ ਨੂੰ ਇਹ ਪਸ਼ੂ ਪਸੰਦ ਹੋਣੇ, ਪਸ਼ੂ ਲੈਣਾ ਚਾਹੁੰਦਾ ਹੈ ਜੀ, ਉਹ ਇਹਨਾਂ ਵੀਰਾਂ ਨਾਲ ਕੰਟੈਕਟ ਕਰ ਸਕਦਾ ਹੈ ਜੀ। ਇਹਨਾਂ ਦਾ ਨੰਬਰ ਹੈ ਜੀ 97794-032-03। ਦੁਬਾਰੇ ਫਿਰ ਦੱਸ ਦਿੰਦੇ ਜੀ, 97794-032-03 ਜੀ। ਇੱਕ ਹੋਰ ਰਿਕੁਐਸਟ ਕਰਦੇ ਹਾਂ ਵੀਰੋ, ਜਿਸ ਕਿਸੇ ਵੀਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਛੇਤੀ ਤੋਂ ਛੇਤੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਤਾਂ ਜੋ ਤੁਹਾਨੂੰ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ। ਧੰਨਵਾਦ ਕਿਸਾਨ।